ਲਾਹੌਰਾ ਸਿੰਘ ਜੀ ਕਿੰਨੀ ਉਮਰ ਆ? 86 ਸਾਲ। ਕਿੱਥੋਂ ਆਏ ਜੀ? ਰਾਜਪੁਰ ਭਾਈਆਂ ਤੋਂ। ਰਾਜਪੁਰ ਭਾਈਆਂ ਤੋਂ ਦਵਾਈ ਲੈਣ ਆਏ ਸੀਗੇ ਜੀ। ਹਾਂਜੀ। ਕਿੰਨਾ ਟਾਈਮ ਹੋ ਗਿਆ ਆਇਆ ਨੂੰ? ਹਾਂਜੀ, ਕਿੰਨੀ ਕੁ ਦੇਰ ਹੋ ਗਈ ਆਇਆ ਨੂੰ ਜੀ? ਮੈਨੂੰ, ਮੈਂ ਇੱਥੇ 9:15 ਦਾ ਆਇਆ। ਅੱਛਾ ਜੀ, ਹੁਣ ਕੀ ਪਰਚੀ ਬਣ ਨਹੀਂ ਰਹੀ ਜੀ? ਪਰਚੀ ਬਣ ਨਹੀਂ ਰਹੀ ਹਾਲੇ। ਕੀ ਕਹਿੰਦੇ ਕੀ ਆ ਹਸਪਤਾਲ ਵਾਲੇ? ਪਤਾ ਨਹੀਂ, ਮੈਨੂੰ ਤਾਂ ਇਹ ਕਹਿੰਦੇ 11 ਵਜੇ ਖੁੱਲ੍ਹਣਾ ਆ। ਅੱਛਾ ਜੀ, ਹੁਣ 11 ਵਜੇ ਤੱਕ ਇੰਤਜ਼ਾਰ ਕਰਾਂਗੇ। ਅੱਛਾ ਜੀ, ਕੀ ਲੱਗਦਾ ਡਾਕਟਰਾਂ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ? ਲੋਕ ਥੱਲੇ ਬੈਠੇ, ਬਜ਼ੁਰਗ ਦੂਰੋਂ ਦੂਰੋਂ ਆਏ ਪਏ ਆ। ਦੇਖੋ ਜੀ, ਗੱਲ ਹੈ ਕਿ ਐਕਸਰਾ ਹੋਇਆ, ਦਵਾਈ ਤਰੀਕ ਬਦਲਣੀ ਆ। ਅੱਛਾ ਜੀ, ਬਸ ਡਾਕਟਰ ਆਉਣ ਦੀ ਡੇਟ ਇਹਨੇ ਪਰਚੀ ਅਤੇ ਦਵਾਈ ਡੇਟ ਲਿਖ ਦੇਣੀ ਆ ਜੀ, ਤਾਂ ਫਿਰ ਡਾਕਟਰ ਹੋਣਾ ਕੋਈ ਚੱਲ ਜਾਣਾ ਦਵਾਈ ਲੈ ਕੇ। ਨਹੀਂ, ਕੀ ਲੱਗਦਾ ਕਿ ਤੁਹਾਨੂੰ ਇੰਨਾ ਲੰਬਾ ਇੰਤਜ਼ਾਰ ਠੀਕ ਹੈ? ਖਿੜਕੀਆਂ ਬੰਦ ਕਰਨੀਆਂ? ਮਾੜਾ ਕਹਿ, ਮਰੀਜ਼ ਬਹੁਤ ਔਖੇ ਆ। ਅੱਛਾ ਜੀ, ਹੁਣ ਜਿਹੜਾ ਸੁਖੀ ਸੁਖੀ ਤਾਂ ਕੋਈ ਘਰੋਂ ਆਉਂਦਾ, ਜੀ ਦੁਖੀ ਆਉਂਦਾ ਆ, ਇਸ ਕਰਕੇ ਫਿਰ ਸਾਰੀ ਦੁਨੀਆ ਤੰਗ ਆ। ਠੀਕ ਹੈ ਜੀ, ਕਿੰਨੇ ਕੁ ਲੋਕ ਬੈਠੇ ਹੋਏ ਆ ਜੀ ਪਿੱਛੇ ਅੰਦਾਜ਼ਾ? ਹੁਣ ਮੇਰੇ ਘਰ 200 ਦਾ 300 ਤਾਂ ਇੱਧਰ ਬੈਠਾ ਹੀ ਆ ਬੰਦਾ। ਅੱਛਾ ਜੀ, ਬਾਕੀ ਇੱਧਰ ਕਈ ਮੁੜੀ ਜਾਂਦੇ ਆ ਜੀ। ਸਰਕਾਰ ਦਾਅਵੇ ਕਰ ਰਹੀ ਹੈ ਕਿ ਬਜ਼ੁਰਗਾਂ ਦੇ ਲਈ ਕੰਮ ਕੀਤਾ ਜਾ ਰਿਹਾ, ਔਰਤਾਂ ਦੇ ਲਈ ਕੰਮ ਕੀਤਾ ਜਾ ਰਿਹਾ, ਲੱਗਦਾ ਇਹ ਕੰਮ ਕੀਤਾ ਜਾ ਰਿਹਾ ਹੈ ਕਿ ਠੀਕ ਆ? ਕਿਤਾ ਬਾਦਲ ਸਰਕਾਰ ਦਾਅਵੇ ਕਰਦੀ ਸਹੂਲਤਾਂ ਦੇਣ ਦੇ ਬਜ਼ੁਰਗਾਂ ਨੂੰ? ਹਾਂਜੀ, ਕਹਿੰਦੇ ਕਰਦੀ ਆ। ਹੁਣ ਹੜਤਾਲ ਕਰਨਾ ਠੀਕ ਹੈ, ਜੇਕਰ ਕੋਈ ਗਲਤ ਹੋਇਆ ਤਾਂ ਹੜਤਾਲ ਹੋਣੀ ਚਾਹੀਦੀ, ਪਰ ਮਰੀਜ਼ਾਂ ਨੂੰ ਖੱਜਲ ਕਰਨਾ ਕਿੰਨਾ ਕੁ ਠੀਕ ਲੱਗਦਾ? ਬਹੁਤ ਬੁਰਾ, ਮਾੜਾ ਕੰਮ ਆ। ਹੁਣ ਸਵੇਰ ਦੇ ਬੈਠੇ ਆ ਜੀ? ਸਵੇਰ ਦੇ ਬੈਠੇ ਚੌਂਕੜਾ ਮਾਰ ਕੇ, ਹਾਲੇ ਹੋਰ 2 ਘੰਟੇ ਬੈਠਣਾ ਪਊਗਾ। ਹੋਰ ਬੈਠਣਾ ਹੀ ਪੈਣਾ ਜੀ। ਕੋਈ ਕਾਰਨ ਪਤਾ ਲੱਗਾ ਜੀ ਕਾਹਦੇ ਬੰਦ ਕੀਤੀ ਹੋਈ ਇਹਨੂੰ? ਦੇਖੋ ਜੀ, ਇਹ ਨਹੀਂ ਮੈਨੂੰ ਕੋਈ ਵੀ ਪਤਾ। ਅੱਛਾ ਜੀ, ਐਵੇਂ ਝੂਠ ਕਿਉਂ ਬੋਲਦਾ ਮੈਨੂੰ? 9:15 ਦੇ ਆਏ ਪਏ ਤੁਸੀਂ? 9:15 ਦੇ ਇੱਥੇ ਆਏ ਹੋ ਜੀ? ਅਸੀਂ ਮਾਲਪੁਰ ਤੋਂ ਆਏ ਜੀ। ਮਾਲਪੁਰ ਤੋਂ ਕਿੰਨੀ ਕੁ ਦੇਰ ਦੇ ਆਏ ਜੀ? ਅਸੀਂ 8 ਵਜੇ ਦੇ ਸਵੇਰ ਦੇ ਆਏ। 8 ਵਜੇ ਤੜਕੇ ਦੇ ਆਏ ਆ ਜੀ? ਸਵੇਰੇ 8 ਵਜੇ। ਹੁਣ ਕੀ ਟਾਈਮ ਹੋ ਗਿਆ ਜੀ? ਹੁਣ ਤਾਂ ਪਤਾ ਨਹੀਂ ਕਿੰਨਾ, 12 ਦਾ ਟਾਈਮ ਹੋ ਗਿਆ ਜੀ? ਨਹੀਂ, ਹਜੇ ਕਿੱਥੇ ਵੱਜੇ ਹੋਣੇ ਆ, 10:20 ਹੋ ਗਏ ਆ। ਕੀ ਕਹਿੰਦੇ ਆ? ਪਤਾ ਨਹੀਂ, ਕਹਿੰਦੇ 2 ਘੰਟੇ ਦੀ ਇੱਥੇ ਟਰੈਕ ਹੋਆ, 11 ਵਜੇ ਕੰਮ ਸ਼ੁਰੂ ਹੋਊਗਾ। ਅੱਛਾ ਜੀ, ਕੀ ਲੱਗਦਾ ਕਿ ਇਸ ਤਰ੍ਹਾਂ ਕਰਨਾ ਠੀਕ ਹੈ ਡਾਕਟਰ ਵੱਲੋਂ? ਇਹ ਹੁਣ ਅਸੀਂ ਤਾਂ ਕੁਛ ਨਹੀਂ ਕਹਿ ਸਕਦੇ ਜੀ। ਨਹੀਂ, ਤੁਹਾਨੂੰ ਖੱਜਲਖੁਆਰੀ ਹੋ ਰਹੀ ਹੈ? ਖੱਜਲਖੁਆਰੀ ਤਾਂ ਹੈਗੀ, ਅਸੀਂ ਕੱਲ੍ਹ ਦੇ ਆਉਂਦੇ ਹਾਂ, ਕੱਲ੍ਹ ਦੇ ਹੀ ਆਉਂਦੇ ਹਾਂ। ਕੱਲ੍ਹ ਵੀ ਆਏ ਸੀ? ਕੱਲ੍ਹ ਵੀ ਆਏ ਸੀ, ਫਿਰ ਜਦੋਂ ਸਾਡੀ ਵਾਰੀ ਆਈ ਉਦੋਂ ਉਹ ਟੈਸਟ ਬੰਦ ਹੋ ਗਿਆ। ਅੱਛਾ ਜੀ, ਹੁਣ ਕਹਿੰਦੇ ਟੈਸਟ ਕਰਾਉਣੇ ਆ ਅਸੀਂ। ਹੁਣ ਤੁਸੀਂ ਹੇਠ? ਹਾਂਜੀ, ਕੀ ਨਾਮ ਹੈ ਜੀ? ਬੀਨਾ। ਬੀਨਾ ਜੀ, ਕਿੱਥੋਂ ਆਏ ਆ ਜੀ? ਮੁਕਤਾਪੁਰ ਤੋਂ। ਮੁਕਤਾਪੁਰ ਤੋਂ? ਹਾਂਜੀ। ਕਿੰਨੇ ਵਜੇ ਦੇ ਆਏ ਜੀ? ਅਸੀਂ 9:15 ਪੁੱਜ ਗਏ ਥੇ। ਤੜਕੇ ਹੀ ਆ ਗਏ ਸੀ? ਅੱਛਾ, ਹਾਂਜੀ ਹਾਂਜੀ। ਕੀ ਹੁਣ ਖਿੜਕੀਆਂ ਬੰਦ ਨੇ ਜੀ? ਖਿੜਕੀਆਂ ਬੰਦ ਆ, ਕਹਿੰਦੇ ਆ 11 ਵਜੇ। ਹੁਣ 11 ਵਜੇ ਤੱਕ ਦੇਖਦੇ ਹਾਂ ਕਿੰਨੇ ਕੁ ਨੰਬਰ ਆਉਂਦਾ ਕਿ ਨਹੀਂ ਆਉਂਦਾ, ਖਾਲੀ ਨਾ ਜਾਣਾ ਪਵੇ। ਅੱਛਾ ਜੀ, ਕਿੱਦਾਂ ਦੇਖਦੇ ਆ ਇਸ ਤਰ੍ਹਾਂ ਖਿੜਕੀਆਂ ਬੰਦ ਕਰਨਾ? ਹਸਪਤਾਲ ਜਿੱਥੇ ਲੋਕ ਦੁਖੀ ਆ ਰਹੇ, ਜ਼ਿਲ੍ਹੇ ਭਰ ਚੋਂ ਆ ਰਹੇ ਨੇ, ਪਰ ਆਪਣਾ ਤੇ ਗੋਡੇ ਵੀ ਦੁਖਦੇ ਆ, ਖੜੀ ਇੰਨੀ ਦੇਰ, ਸਰਵਾਈਕਲ ਵੀ ਹੈਗੀ, ਮੁਸ਼ਕਲ ਹੈ ਖੜੇ ਹੋਣਾ ਇੰਨਾ, ਤਾਂ ਫਿਰ ਹੁਣ ਦੇਖੋ ਕਿੰਨਾ ਟਾਈਮ ਲੱਗਦਾ ਹੈ ਖੜਨਾ ਬੈਠਣਾ, ਮੁਸ਼ਕਲ ਆ ਤੁਹਾਨੂੰ? ਹਾਂਜੀ ਹਾਂਜੀ ਹਾਂਜੀ। ਕਿੰਨੀ ਉਮਰ ਹੈ ਤੁਹਾਡੀ? 63। ਹਾਂਜੀ, ਤੇ ਖੱਜਲਖੁਆਰੀ ਹੋ ਰਹੀ ਹੈ? ਖੱਜਲਖੁਆਰੀ। ਦਵਾਈ ਲੈਣ ਦੇ ਲਈ ਆਏ ਸੀ? ਆਪਣੀ ਦਵਾਈ ਆਪਣੀ ਲੈਣ ਆਈ ਸੀ, ਗਲੇ ਦੀ ਪ੍ਰੋਬਲਮ ਸੀਗੀ, ਮੈਂ ਕਿਹਾ ਚਲੋ ਇੱਥੇ ਦਿਖਾ ਲੈਂਦੇ ਹਾਂ। ਪਰ ਵੈਸੇ ਸਾਨੂੰ ਆਰਮੀ ਹੋਸਪਿਟਲ ਸਹੂਲਤ ਹੈਗੀ ਆ, ਪਰ ਉੱਥੇ ਗਲੇ ਨੱਕ ਕੰਡ ਡਾਕਟਰ ਹੈ ਨਹੀਂ, ਫਿਰ ਮੈਂ ਕਿਹਾ ਚਲੋ ਇੱਥੇ ਦਿਖਾ ਲੈਂਦੇ। ਸਰਕਾਰ ਦੇ ਦਾਅਵੇ ਕਿੰਨੇ ਕੁ ਸੱਚੇ ਲੱਗਦੇ ਆ ਮਰੀਜ਼ਾਂ ਨੂੰ, ਬਜ਼ੁਰਗਾਂ ਨੂੰ ਸਹੂਲਤਾਂ ਦੇਣ ਦੇ? ਠੀਕ ਹੈ ਜੀ, ਤੇ ਹੁਣ ਕੀ ਖਿੜਕੀਆਂ ਬੰਦ ਆ, ਪਰਚੀ ਨਹੀਂ ਕੱਟ ਹੋ ਰਹੀ, ਦਿੱਕਤ ਕੀ ਹੈ? ਪਰਚੀ ਨਹੀਂ ਕੱਟ ਹੋਈ। ਠੀਕ ਹੈ ਜੀ, ਡਾਕਟਰ ਵੀ ਨਹੀਂ ਬੈਠੇ? ਡਾਕਟਰ ਵੀ ਨਹੀਂ ਬੈਠਾ ਹੋਈ। ਤੇ ਕਿੰਨਾ ਕੁ ਦੇਰ ਲੱਗਦਾ ਹੋਰ ਲੱਗ ਸਕਦੀ ਆ, ਜਿੰਨਾ ਰਸ਼ ਆ? ਜਿੰਨਾ ਰਸ਼ ਆ ਜੀ, ਇਹ ਤਾਂ ਸ਼ਾਮ ਪੈ ਜਾਣੀ, ਇੰਨਾ ਜੇ ਇੱਥੇ ਪਰਚੀ ਕੱਟੋ ਤਾਂ ਦਵਾ ਨਹੀਂ ਮਿਲਣੀ। ਹੁਣ ਤੁਸੀਂ ਖੜੇ ਆ, ਕੋਈ ਦਿੱਕਤ, ਕੋਈ ਪਰੇਸ਼ਾਨੀ? ਪਰੇਸ਼ਾਨੀ ਰਹਿੰਦੀ ਹੈ ਜੀ, ਪਰੇਸ਼ਾਨੀ ਰਹਿਣੀ ਸਿਆਣੇ ਆ ਜੀ। ਜੀ, ਦਵਾਈ ਕਾਹਦੀ ਲੈਣਾ ਸੀ? ਦਵਾਈ ਮੇਰੇ ਦਰਦਾਂ ਪੈਂਦੀਆਂ ਸੀ ਇਹਨੇ ਗੋਟਾਂ 'ਚ। ਅੱਛਾ ਜੀ,
ਕੀ ਕਿੱਦਾਂ ਦੇਖਦੇ ਹੋ ਕਿ ਡਾਕਟਰਾਂ ਨੂੰ ਇਸ ਤਰ੍ਹਾਂ ਬੰਦ ਕਰਨਾ ਚਾਹੀਦਾ ਹੈ, ਬੰਦ ਕਰਨਾ ਚਾਹੀਦਾ ਇਸ ਤਰ੍ਹਾਂ ਹਸਪਤਾਲ ਡਾਕਟਰਾਂ ਨੂੰ? ਅਤੇ ਹੁਣ ਤਾਂ ਜੀ ਸਾਰੇ ਬੰਦ ਕੀਤੇ, ਹੁਣ ਬੰਦ ਹੋਣਾ ਨਹੀਂ ਚਾਹੀਦਾ ਜੇ ਹੋਈ ਵੀ ਗਈ ਹੈ। ਸਰਕਾਰ ਦਾਅਵੇ ਕਰਦੀ ਆ ਮਰੀਜ਼ਾਂ ਨੂੰ ਸਹੂਲਤਾਂ ਦੇਣ ਦੇ, ਕਰਦੇ ਜੀ, ਬਜ਼ੁਰਗਾਂ ਨੂੰ ਸਹੂਲਤਾਂ ਦੇਣ ਦੇ, ਔਰਤਾਂ ਨੂੰ ਸਹੂਲਤਾਂ ਲੱਗਦੀਆਂ, ਸਹੂਲਤਾਂ ਸਰਕਾਰੀ ਹਸਪਤਾਲ ਹੁਸ਼ਿਆਰਪੁਰ 'ਚ ਹੈਗੀਆਂ ਨੇ? ਨਹੀਂ ਬਸ ਜੀ, ਗੱਲ ਤਾਂ ਇਹ ਆ ਧੱਕੇ ਖਾਣ ਨੂੰ, ਧੱਕੇ ਖਾਣ ਨੂੰ, ਧੱਕੇ ਖਾਣ। ਠੀਕ।